ਨੌਰੰਗ ਸਿੰਘ ਦੀ ਕਹਾਣੀ ਹੈ ਮੁਰਖੀਆਂ ਹੂੰ ਹੂੰ ਹਾਈ ਬਿਮਾਰ ਮਾਨਦਰ ਹੰਗਾਰਾ ਮਾਰਦੀ ਸੀ ਕਰੀਮੂ ਤੇ ਰਹੀਮੂ ਦੋਵੇਂ ਕਰੋੜ ਪੈ ਖੇਡਦੇ ਸਨ ਤੂੰ ਮੇਰੀ ਚੱਲ ਸੁੱਟ ਕਰੀਮੂ ਨੇ ਕਿਹਾ ਰਹੀਮੂ ਨੇ ਪਚਾਮਿਆਂ ਤੋਂ ਖਲੋ ਕੇ ਕਰੋਟਾਂ ਦੀ ਲੱਪਕੁੱਤੀ ਵੱਲ ਵਗਾਈ ਕੁਝ ਪੈ ਗਏ ਤੇ ਕੁਝ ਬਾਕੀ ਬਾਰ ਖਿੰਡਰਿਆਂ ਵੱਲ ਵੇਖਦਾ ਉਸ ਆਪਣੇ ਵੱਡੇ ਭਰਾ ਕਰੀਮੂ ਤੋਂ ਪੁੱਛਿਆ ਦੱਸ ਚੋਟ ਕਿਹੜੇ ਤੇ ਲਾਵਾਂ ਲਾਹ ਵਿੱਚ ਘਾਰ ਲੈ ਤੇ ਰਹੀਮੂ ਨੇ ਸ਼ੇਸਤ ਬਣ ਕੇ ਅੱਗੇ ਨੂੰ ਝੁੱਕ ਕੇ 10 ਕਰੋੜ ਤੇ ਕਰੋੜ ਵਹਾਵਾ ਮਾਰਿਆ ਪਰ ਨਿਸ਼ਾਨਾ ਉੱਕ ਗਿਆ ਹਾਂ ਹਾਂ ਉੱਕ ਗਿਆ ਕਰੀਮੂ ਉੱਚੀ ਸਾਰੀ ਹੱਸ ਉੱਠਿਆ ਹਾਏ ਹਾਏ ਵੇ ਪਾਣੀ ਦਾ ਘੁੱਟ ਮੂੰਹ ਚ ਪਾ ਜਾਓ ਵੇ ਅੰਦਰੋਂ ਮਾਂ ਟੁੱਟਵੀਂ ਆਵਾਜ਼ ਬੋਲੀ ਦੇ ਦੇਂ ਨਿਆ ਪਾਣੀ ਵੀ ਕਰੀਮੂ ਨੇ ਬਾਕੀ ਕਰੋੜ ਖੁੰਝਦੇ ਆਖਿਆ ਤੇ ਕਾਲੀ ਨਾਲ ਉਸ ਨਿਯਤ ਥਾਂ ਤੇ ਕਰੋੜ ਖੁੱਤੀ ਚ ਪਾਣ ਜਾ ਖੜੋਤਾ ਤੇ ਅੱਗੇ ਨੂੰ ਵਾਂਗ ਕਰਕੇ ਖੁੱਤੀ ਵੱਲ ਸੁੱਟੇ ਨਾਲੇ ਉਸ ਰਹੀਮੇ ਨੂੰ ਪੁੱਛਿਆ ਕਿੰਨੇ ਪਏ ਨੇ ਇੱਕ ਪਿਆ ਕੁੱਲ ਰਹੀਮੂ ਇਹ ਤੇ ਡਾਡਾ ਖੁਸ਼ ਸੀ ਉਸ ਝੋਟ ਲਾਉਣ ਲਈ ਇੱਕ ਖਰੋਟ ਵਾਲ ਇਸ਼ਾਰਾ ਕੀਤਾ ਪਰ ਨਹੀਂ ਕਰੀਮੂ ਤੋਂ ਝੋਟ ਲੱਗੀ ਕਿ ਨਾ ਪਰ ਉਹ ਇਹ ਜਾਣ ਕੇ ਕਿ ਉਹਦੀ ਝੋਟ ਖਰੋਟ ਤੇ ਵੱਜ ਗਈ ਏ ਉਹ ਸਾਰੇ ਖਰੋਟ ਹੁੰਜਣ ਦਾ ਹੱਕ ਦਾ ਰਹਿ ਗਏ ਵਦਿਆ ਪਰ ਰਹੀਮੂ ਨੇ ਓਹ ਕਰਨ ਤੋਂ ਉਹਨੂੰ ਡੱਕਿਆ ਉਹਦਾ ਖਿਆਲ ਸੀ ਝੋਟ ਨਹੀਂ ਵੱਜੀ ਤੇ ਐਵੇਂ ਉਹ ਸਾਰੇ ਖਰੋਟ ਚੁੱਕ ਨਹੀਂ ਸਕਦਾ ਪਰ ਕਰੀਮੂ ਆਖੀ ਜਾਏ ਝੋਟ ਲੱਗੀ ਏ ਰਹੀਮੂ ਆਖੇ ਤੂੰ ਰੋਂਦੂ ਏ ਵਧਾਨ ਵੱਧ ਗਿਆ ਦੋਵੇਂ ਗੁੱਥਮ ਗੁੱਥਾ ਹੋ ਪਏ ਕਰੀਮੂ ਵੱਡਾ ਸੀ ਓਰੀ ਹਿੰਮੂ ਦੇ ਦੰਦਾਂ ਤੇ ਹੂਰਾ ਕੱਢ ਮਾਰਿਆ ਤੇ ਲਹੂ ਵਗ ਪਿਆ ਤੇ ਬੁੱਢੀ ਮਾਂ ਅੰਦਰੋਂ ਇੱਕੋ ਸਾਇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ ਤੇ ਉਹਦੇ ਕੰਨੀ ਇਹਨਾਂ ਦੇ ਵਖੜਾਂਦ ਦੀ ਆਵਾਜ਼ ਪੈ ਪੈ ਉਹਨੂੰ ਬਧੇਰੇ ਦੁਖੀ ਕਰਦੀ ਸੀ ਉਹਦੇ ਤਿਹਾਈ ਬੁੱਲਾਂ ਤੇ ਸਿਕੜੀਆਂ ਆ ਗਈਆਂ ਸਨ ਪਰ ਕਿਸੇ ਉਹਦੀ ਨਾ ਸੁਣੀ ਅੱਜ ਹੀ ਨਹੀਂ ਅੱਗੇ ਵੀ ਅਨੇਕਾਂ ਵਾਰ ਇਹ ਦੋਵੇਂ ਖੇੜ ਦੇ ਖੇੜ ਦੇ ਲੜ ਪੈਂਦੇ ਸਨ ਇਕ ਦੂਜੇ ਦੇ ਝੱਗੇ ਖੋ ਘੱਟ ਦੇ ਕਰੂਟਾਂ ਨਾਲ ਮੂੰਹ ਛੇਲੇ ਜਾਂਦੇ ਪਰ ਮੁੜ ਗੁੱਸਾ ਢਿੱਲਾ ਹੋਣ ਤੇ ਦੋਵੇਂ ਉਹੋ ਜੇ ਹੋ ਜਾਂਦੇ ਦੋਹਾਂ ਦੇ ਪਿੰਡੇ ਘੱਟੇ ਨਾਲ ਅਟੇ ਹੋਏ ਸਨ ਪੈਰ ਨੰਗੇ ਨਖੜਮੇ ਜਿਹੇ ਉਹ ਪਿੰਡਾਂ ਦੀਆਂ ਗਲੀਆਂ 'ਚ ਪਾਉਂਦੇ ਰਹਿੰਦੇ ਸਨ ਲੋਕੀ ਉਹਨਾਂ ਵੱਲ ਤੱਕਦੇ ਪਰ ਕੋਈ ਉਹਨਾਂ ਨੂੰ ਮੂੰਹ ਨਾ ਲਾਉਂਦਾ ਹਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ ਸਦਾ ਭਾਂਤ ਭਾਂਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਰਹਿੰਦੀਆਂ ਸਨ 16 ਤੇ 14 ਮਰਿਆਂ ਦੇ ਕਰੀਮੂ ਰਹੀਮੂ ਖਰੋਟਾਂ ਨਾਲ ਖੁੱਤੀ ਖੇੜ ਦੇ ਲੋਕਾਂ ਨੂੰ ਘਾਣਾ ਪਾਉਂਦੇ ਇਹ ਖੇਡ ਨਿੱਕੇ ਬੱਚਿਆਂ ਦੀ ਜੋ ਹੋਈ ਪਰ ਇਹ ਦੋਵੇਂ ਭਰਾ ਖੜੇ ਹੋਏ ਹੀ ਵੱਖਰੀ ਮਿੱਟੀ ਦੇ ਸਨ ਖਰੋਟਾਂ ਤੋਂ ਹਟ ਕੌਡੀਆਂ ਨੂੰ ਜੁਟ ਜਾਂਦੇ ਕਈ ਵਾਰ ਉੱਥੇ ਵੀ ਜੂਤ ਪਤੰਗ ਹੋ ਕੇ ਰੁੱਸੇ ਰੁੱਸੇ ਪਿੰਡ ਦੀਆਂ ਹੱਟੀਆਂ ਤੇ ਜਾ ਬੰਦੇ ਤੇ ਉੱਥੇ ਲੋਕਾਂ ਦੀ ਇਧਰ ਲੀਆਂ ਉਧਰ ਲੀਆਂ ਸਲੂਣੀਆਂ ਅਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ ਆਥਰ ਨੂੰ ਘਰ ਪਰਤਣ ਵੇਲੇ ਮੁਰਦੋਹਾਂ ਦੀ ਗਲ ਬੱਕੜੀ ਪਈ ਹੁੰਦੀ ਸੀ ਮਾਂ ਨੂੰ ਬਿਮਾਰ ਪਿਆ ਮਹੀਨੇ ਤੋਂ ਉੱਤੇ ਹੋ ਗਿਆ ਸੀ ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ 'ਚ ਪੁੱਜਤ ਹੀ ਕਿੱਥੇ ਸੀ ਪਰ ਲਾਗਲੇ ਸ਼ਹਿਰ ਤੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਆਉਣ ਦੀ ਵੇਲ ਵੀ ਕਰੀਮੁਰਹਿਮ ਨੂੰ ਨਹੀਂ ਸੀ ਲੱਭਦੀ ਜਦੋਂ ਕਰੋੜ ਤੇ ਕਾਡੀਆਂ ਖੇਡ ਹਟਦੇ ਤੇ ਹਟਾਂ ਤੇ ਕੋਈ ਗੱਲਾਂ ਕਰਨ ਵਾਲਾ ਬੰਦਾ ਵੀ ਉਹਨਾਂ ਨੂੰ ਦਿਖਾਈ ਨਾ ਦਿੰਦਾ ਉਹ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੁੱਕ ਕੇ ਬਾਹਰ ਸ਼ਿਕਾਰ ਨੂੰ ਟੁਰ ਵੱਗਦੇ ਝੰਡਾ ਫਰਵਾਹਾਂ ਵਣਾਂ ਥੱਲੇ ਖਲੋ ਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ ਜੇ ਕੋਈ ਕਬੂਤਰ ਘੁੱਗੀ ਤਲੀਰ ਜਾਂ ਤੇਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦਿਸ ਪੈਂਦਾ ਤਾਂ ਦੋਵੇਂ ਡੰਡ ਪਾਉਂਦੇ ਉਹ ਬੈਠਾ ਉਹ ਬੈਠਾ ਤੇ ਆਪਣੀਆਂ ਗੁਲੇਲਾਂ ਦੀਆਂ ਤੰਦਾਂ ਖਿੱਚਦੇ ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਸਨ ਉਹਨਾਂ ਤੋਂ ਅੱਜ ਤੀਕਰ ਕਦੇ ਕੋਈ ਪੰਛੀ ਨਹੀਂ ਸੀ ਮੋਇਆ ਹਾਰ ਕੇ ਉਹ ਕਿਸੇ ਵਗਦੇ ਸੂਏ ਦੇ ਕੰਡੇ ਖਲੋਤੇ ਬਿਰਛ ਦੀ ਛਾਵੇਂ ਬਹਿ ਜਾਂਦੇ ਕਦੇ ਬੁੱਕਾਂ ਨਾਲ ਪਾਣੀ ਪੀਂਦੇ ਕਦੇ ਟਾਵੀਆਂ ਟਾਵੀਆਂ ਗੱਲਾਂ ਕਰਦੇ ਲੋਕੀ ਪਤਾ ਨਹੀਂ ਕਿਦਾਂ ਸ਼ਿਕਾਰ ਖੇਡ ਲੈਂਦੇ ਨੇ ਕ੍ਰੀਮੂਂਗਲਾਂ ਨਾਲ ਗਾਰਾ ਕੁਰੇ ਤੇ ਤਾਂ ਨਿਵੇਂ ਜਿਹਾ ਆਖਦਾ ਖਬਰੇ ਉਹਨਾਂ ਦੀਆਂ ਗੁਲੇਲਾਂ ਤੇ ਗੋਲੀਆਂ ਕਿੱਦਾਂ ਦੀਆਂ ਹੁੰਦੀਆਂ ਹੋਣਗੀਆਂ ਦੂਜਾ ਉੱਤਰ ਦਿੰਦਾ ਸਾਥੋਂ ਤੇ ਨਿਮੋਇਆ ਕਦੇ ਕੋਈ ਪੰਛੀ ਫਿਰ ਇੱਕ ਨਿਰਾਸ਼ਤਾ ਜੀ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ ਉਹ ਕਿੰਨਾ ਚਿਰ ਚੁੱਪਚਪੀਤੇ ਬੈਠੇ ਕਾਹਦੀਆਂ ਤਣਾ ਉਖੇੜਦੇ ਰਹਿੰਦੇ ਕਦੇ ਉੱਠ ਕੇ ਲੱਤਾਂ ਸੂਏ 'ਚ ਲਮਕਾ ਬੰਦੇ ਤੇ ਕਦੇ ਗੁਲੇਲਾਂ ਦੀਆਂ ਗੋਲੀਆਂ ਨਾਲੀ ਖੁੱਤੀ ਦਾ ਚੱਸ ਪੂਰਿਆਂ ਕਰਦੇ ਕਈ ਵਾਰ ਏਉਂ ਹੀ ਬਾਹਰ ਪਾਉਂਦਿਆਂ ਪਾਉਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ ਅਥਣ ਹੋ ਗਈ ਸੀ ਵਾਗੀ ਹੇਕਾਂ ਲਾਉਂਦੇ ਘਰਾਂ ਨੂੰ ਪਰਤ ਰਹੇ ਸਨ ਹਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ ਕਰੀਮੂ ਤੇ ਰਹੀਮੂ ਆਪਣੀਆਂ ਗੁਲੇਲਾ ਮੋਢਿਆਂ ਤੇ ਟੰਗੀ ਪਿੰਡ ਨੂੰ ਪਰਤ ਗਏ ਹੌਲੀ ਹੌਲੀ ਜਦੋਂ ਲੋਕਾਂ ਦੇ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੋਈ ਖਿਆਲ ਜਿਹਾ ਆ ਗਿਆ ਤੇ ਕੁਝ ਬੋਲਦੇ ਜਾਂਦੇ ਸਨ ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਦੇ ਘਰ ਦੋ ਝੋਟੀਆਂ ਹੁੰਦੀਆਂ ਸੀ ਇੱਕ ਪਹਿਲਣ ਤੇ ਇੱਕ ਦੂਜੇ ਸੂਏ ਨਾਲੇ ਇੱਕ ਵੈੜਕੀ ਵੀ ਸੀ ਉਹਨਾਂ ਤੇਹਾਂ ਨੂੰ ਚਾਰਦੇ ਹੁੰਦੇ ਸੀ ਤੇ ਉਹੀ ሄਕਾ ਲਾਉਂਦੇ ਘਰ ਮੁੜਦੇ ਹੁੰਦੇ ਸੀ ਉਹ ਤਾਂ ਫਿਰ ਉਹ ਵੜਕੀ ਤੇ ਮੱਝਾਂ ਕਿੱਥੇ ਗਈਆਂ ਰਹੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ਅੱਬਾ ਜੂਏ 'ਚ ਹਾਰ ਚੁੱਕਿਆ ਸੀ ਉਹਨਾਂ ਨੂੰ ਤੇ ਤੈਨੂੰ ਨਹੀਂ ਪਤਾ ਚਲੋ ਠੀਕ ਹੋਇਆ ਸਾਮ ਸੰਭਾਲੀ ਦਾ ਟੰਟਾ ਗਲੋਂ ਲੱਥਾ ਰਹੀਮੂ ਨੇ ਖੁਸ਼ ਹੋ ਕੇ ਗਿਆ ਕੁਸਮੁਸਾਜਾ ਹੋ ਗਿਆ ਸੀ ਜਦੋਂ ਇੱਕ ਖੇਤ ਦੀ ਵੱਟ ਉੱਤੇ ਆਖਲ ਉੱਤੇ ਆਕਾਸ਼ ਉੱਤੇ ਜੇ ਤਾਰਾ ਚੜ੍ਹਿਆ ਵੀ ਸੀ ਤਾਂ ਉਹ ਖੁਰਾਂ ਦੇ ਘਟੇ ਨਾਲ ਫਿਜ਼ਾੜਟੀ ਹੋਈ ਹੌਣ ਕਰਕੇ ਵਿਖਾਲੀ ਨਹੀਂ ਸੀ ਦਿੰਦਾ। ਚਿੜੀਆਂ ਬਾਜਰੇ ਦੇ ਸਿੱਟਿਆਂ ਉੱਤੇ ਅੰਤਿਮ ਠੂਂਗੇ ਪਰ ਕੇ ਉੱਡ ਚੁੱਕੀਆਂ ਸਨ। ਕਰੀਮੂ ਤੇਰੇ ਹੀਮੂ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਦੀ ਸੀ। ਪਹਿਲਵਾਨ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇ ਟਾਂਡੇ ਨਾਲ ਜੁੜੀਆਂ ਹੋਈਆਂ ਦਿਸਦੀਆਂ ਸਨ। ਪਤਾ ਹੀ ਕਰੀਮੂ ਇਹ ਸਾਡੀਆਂ ਪੈਲੀਆਂ ਹੁੰਦੀਆਂ ਸੀ ਕਦੇ। ਹਾਂ ਪਤਾ। ਕਈ ਵਾਰ ਲੱਕੜਾਂ ਲੈ ਕੇ ਮੁੜਦੀ ਮਾਂ ਇੱਥੋਂ ਲੰਘਦੀ ਦੱਸਿਆ ਕਰਦੀ ਏ। ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸੀ। ਏ ਵੀ ਉਸੇ ਰਾਹ ਅੱਬਾ ਨੇ ਭੇਜਿਆ ਜਿਹੜੇ ਰਾਹ ਵੈੜ ਕੀ ਤੇ ਝੋਟੀਆਂ ਗਈਆਂ ਈਓ ਆਖਦਾ ਆਖਦਾ ਕਰੀ ਮੂੰ ਹੱਸ ਪਿਆ ਨਾਲ ਹੀ ਰਹੀ ਮੂੰ ਵੀ ਦੋਵੇਂ ਖਿੜਖਿੜ ਕਰਕੇ ਦੂਰੇ ਹੁੰਦੇ ਜਾਂਦੇ ਸਨ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਜਿਕਰੋ ਰੋ ਰਏ ਹੁੰਦੇ ਨੇ ਇੰਨੇ ਨੂੰ ਇੱਕ ਹਵਾ ਦਾ ਰੁਮਕਾ ਵਗਿਆ ਉਹ ਦੋਵੇਂ ਖਾਮੋਸ਼ੀ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ ਅੱਬਾ ਇੱਥੇ ਹਲਵਾਉਂਦਾ ਹੁੰਦਾ ਸੀ ਵੱਡੇ ਨੇ ਹੋਕਾ ਜਿਹਾ ਭਰ ਕੇ ਆਖਿਆ ਹੁਣ ਨਾ ਸਾਡੇ ਵਾਣ ਨੂੰ ਭੋਏ ਨਾ ਜੋਣ ਨੂੰ ਢੱਗੇ ਚਲ ਚੰਗਾ ਐ ਇਦਾਂ ਹੀ ਕੀ ਲੈਣਾ ਜੇ ਗਲ ਫਾਹੇ ਪਾ ਕੇ ਰਹੀਮੂ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦੇ ਆਂ ਆਖਿਆ ਫਿਰ ਦੋਵੇਂ ਚੁੱਪ ਹੋ ਗਏ ਉਹਨਾਂ ਦੇ ਚਿਹਰੇ ਉਹਨਾਂ ਦੇ ਅੰਤਰੀ ਵੈਸਾ ਸਾਨੂੰ ਪ੍ਰਗਟ ਪਈ ਕਰਦੇ ਸਨ ਇੰਨੇ ਨੂੰ کریمੂ ਨੇ ਆਖਿਆ ਚਲ ਰਹੀਮੂ ਵਗ ਚਲੀਏ ਕੋਈ ਛੱਲੀਆਂ ਦੇ ਚੋਰ ਜਾਣ ਕੇ ਸਾਨੂੰ ਕੋਟੀ ਨਾ ਕੱਢੇ ਤੇ ਦੋਵੇਂ ਕਾਲੀ ਕਾਲੀ ਉਲਾਂਘਾਂ ਪਰਦੇ ਪਿੰਡ ਨੂੰ ਤੁਰ ਪਏ ਜਿੱਥੇ ਦੀਵੇ ਬਲ ਚੁੱਕੇ ਸਨ ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਇੱਕੋ ਵੇਲੇ ਰੋਟੀ ਖਾਂਦੇ ਸੀ ਮਾਂ ਲੋਕਾਂ ਦੇ ਘਰੋਂ ਪੀਣ ਦਲਣ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ ਉਹ ਦਾਣੇ ਇਹਨਾਂ ਦੇ ਨਿੱਤ ਦੋ ਡੰਗ ਨਹੀਂ ਸੀ ਟਪਾ ਸਕਦੇ ਦੋਵੇਂ ਜਣੇ ਚੁੱਲ੍ਹਾ ਤੋਂਦੇ ਤੇ ਕੱਚੀਆਂ ਧੁਆਂਖੀਆਂ ਦੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਰਹਿੰਦੇ ਕਦੇ-ਕਦੇ ਫਾਕੀਆਂ ਜੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਪਿੰਡ ਦੇ ਇਹਨਾਂ ਨੂੰ ਗਵਾਰ ਸਮਝਦੇ ਉਹਨਾਂ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹੱਟਾਂ ਤੇ ਵੇਚਦੇ ਤੱਕਿਆ ਸੀ ਕਿਸੇ ਦੀ ਚੋਰੀ ਪਿੰਡ ਵਿੱਚ ਹੋ ਜਾਂਦੀ ਛਲੀਆਂ ਟੁੱਟਦੀਆਂ ਜਾਂ ਘਪਾ ਚੁਗੀ ਜਾਂਦੀ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਰਹੀਮੂ ਤੇ ਹੀ ਜਾਂਦਾ ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਸ਼ੈ ਉਹਨਾਂ ਦੇ ਘਰੋਂ ਬਰਾਮਦ ਨਹੀਂ ਸੀ ਹੋਈ ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਸਦਾ ਟਿਕਿਆ ਰਿਹਾ ਲੋਕਾਂ ਦੇ ਨਿੱਤ ਦੇ ਉਲੰਭਿਆਂ ਤੇ ਤਲਾਸ਼ੀਆਂ ਤੋਂ ਮਾਨ ਚਿੱਥੀ ਪੈ ਗਈ ਸੀ ਕਰੀਮੂ ਤੇ ਰਹੀਮੂ ਵੀ ਇਕਾਂਤ ਚ ਬਹਿ ਕੇ ਇਹਨਾਂ ਉਜਾਂ ਨੂੰ ਮਹਿਸੂਸ ਤਾਂ ਕਰਦੇ ਪਰ ਪਲ ਕੋ ਲਈ ਮੜੋ ਚੇਤੀ ਕਾਡੀਆਂ ਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੁਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਬੋਲ ਜਾਂਦਾ ਲੋਕੀ ਇਹਨਾਂ ਨੂੰ ਮੌਕੇ ਤੇ ਫੜਨ ਲਈ ਪੈਲੀਆਂ ਵਿੱਚ ਲੁਕ-ਲੁਕ ਬੈੰਦੇ ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹਖਾਨੇ ਭਜਵਾ ਦਿੱਤਾ ਜਾਏ ਇਹੋ ਜਿਹੇ ਵਿਚਾਰ ਸੁਣ ਕੇ ਦੋਵੇਂ ਭਰਾ ਕਦੇ-ਕਦੇ ਗੱਲਾਂ ਵੀ ਕੀਤਾ ਕਰਦੇ ਲੋਕੀ ਸਾਡੇ ਉੱਤੇ ਬਦੋ-ਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਨੇ ਅਸੀਂ ਕਦੇ ਕਿਸੇ ਨੂੰ ਰੇਣ ਤੱਕ ਨਹੀਂ ਛੋਈ ਐਵੇਂ ਝੱਲੇ ਨੇ ਦੂਜਾ ਆਖਦਾ ਤੇ ਦੋਵੇਂ ਜਣੇ ਉੱਚੀ-ਉੱਚੀ ਹੱਸ ਪੈਂਦੇ ਮਾਂ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾਂਦੀ ਸੀ ਉਹ ਜਦੋਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ ਮਾਂ ਦੇ ਮੂੰਹ ਨੂੰ ਤੱਕਦੇ ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ ਬਹੁਤੀਆਂ ਉਹਨਾਂ ਦੇ ਪਿਓ ਬਾਰੇ ਭਾਵੇਂ ਉਹਨੂੰ ਜੂਏ ਦੀ ਆਦਤ ਸੀ ਪਰ ਉਹ ਬੜਾ ਚੰਗਾ ਮਨੁੱਖ ਸੀ ਤੁਹਾਡਾ ਅੱਬਾ ਬੱਚਾ ਹਾਂ ਮਾਂ ਬੜਾ ਚੰਗਾ ਸੀ ਕ੍ਰਿਮੂ ਖੁਸ਼ੀ ਨਾਲ ਬੋਲਿਆ ਮੈਨੂੰ ਹਲ ਛੱਡ ਕੇ ਕੁਛੜ ਚੁੱਕ ਲੈਂਦਾ ਛਲੀਆਂ ਦਿੰਦਾ ਗੰਨੇ ਵੀ ਵੇਲੇ-ਵੇਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਹੀ ਨਾ ਹੈ ਨਾ ਕ੍ਰਿਮ ਰਿਹੇ ਮੂ ਬੋਲਿਆ ਦਾਣੇ-ਦਾਣੇ ਹੁੰਦੇ ਸਨ ਸਾਡੇ ਕੋਠਿਆਂ 'ਚ ਉਹਨਾਂ ਕਰੀ ਮਾਵਲ ਤੱਕ ਦਾ ਬੋਲਿਆ ਰੱਜ ਰੋਟੀਆਂ ਖਾਂਦੇ ਹੁੰਦੇ ਸਾਂ ਪਰ ਹੁਣ ਤੇ ਮਾਂ ਸਾਡੇ ਕੋਠੇ ਖਾਲੀ ਪਈ ਨਹੀਂ ਇੱਕ ਪਾਲੀ ਕੋਠੇ ਚ ਹੂਕ ਜਿਹੀ ਛਾ ਗਈ ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ ਮਾਂ ਦੀਆਂ ਅੱਖਾਂ ਗਿੱਲੀਆਂ ਸਨ ਉਸ ਗਲੇਡੂ ਭਰ ਕੇ ਮੋੜ ਆਖਿਆ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ ਬੱਚਾ ਵੇਂਦੇ ਜੇ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਬੜਵਾਈਆਂ ਸਨ ਤੁਹਾਡੇ ਅੱਬਾ ਨੇ ਸੋਨੇ ਦੀਆਂ ਮੁਰਕੀਆਂ ਕਰੀਮੂ ਤੇਰੀ ਮੂੰਹ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ ਮਾਂ ਨੂੰ ਢਟਕੋਰੇ ਜਿਹਾ ਆਉਣ ਲੱਗ ਪਏ ਮੁਰ ਬੋਲੀ ਬੜੇ ਔਖੇ ਵੇਲੇ ਆਏ ਬੱਚਾ ਜਦੋਂ ਜੂਏ ਚ ਸਭ ਕੁਝ ਲਾ ਬੈਠਾ ਉਹਦੋਂ ਘਰ ਦਾ ਲੰਘਾ ਟਪਾਣ ਲਈ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ ਪਰ ਉਹ ਸਾਖਿਆ ਨਹੀਂ ਮੈਂ ਸਾਰੀ ਉਮਰ ਹੀ ਤੇਰੇ ਕੰਨਾਂ 'ਚ ਲਮਕਦੀਆਂ ਵੇਖਾਂਗਾ ਮਾਂ ਦੀਆਂ ਝੁਰੜੀਆਂ ਛੰਜੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਭ ਕਰੀਮੂ ਤੇਰੀ ਹੀਮੂ ਸੁੱਨ ਹੋਏ ਬੈਠੇ ਰਹੇ ਮਾਂ ਕੁਝ ਰੁੱਕ ਕੇ ਬੋਲੀ ਮੈਂ ਉਮਰ ਭਾਰੇ ਨਾ ਮੁਰਕੀਆਂ ਨੂੰ ਸਾਹਮ ਸਾਹ ਰੱਖਦੀ ਆਈਆਂ ਪੁੱਤਰ ਜੇ ਮੈਂ ਮਰ ਗਈ ਮੇਰੇ ਨਾਲ ਹੀ ਕਬਰ ਚ ਦਵਾ ਦੇਣੀ ਆ ਤੁਹਾਡੇ ਅੱਬਾ ਦੀ ਯਾਦ ਉਹਦਾ ਗਲਾ ਰੁਗ ਗਿਆ ਤੇ ਉਹ ਅੱਗੇ ਕੁਝ ਨਾ ਕਹਿ ਸਕੇ ਬਿੰਦਕ ਮਗਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ ਲਟ ਪੈ ਚੱਕਦੇ ਸਨ ਮਾਂ ਉਹਨਾਂ ਨੂੰ ਘੁਰਕ ਰਹੇ ਨੇ ਦੋਵੇਂ ਨਾਲ ਡੱਠੀਆਂ ਮੰਝੀਆਂ ਤੇ ਪੈ ਕੇ ਗੱਲਾਂ ਦੀਆਂ ਕਰਨ ਲੱਗ ਪਏ ਮਾਂ ਐਵੇਂ ਨਿਤ ਮਰਨ ਮਰਨ ਕਰਦੀ ਰਹਿੰਦੀ ਐ ਕਰੀਮੂ ਬੋਲਿਆ ਰੱਬ ਕਰੇ ਨਾ ਮਾਂ ਮਰੇ ਤੇ ਨਾ ਉਹਦੀਆਂ ਮੁਰਕੀਆਂ ਦੱਬੀਆਂ ਜਾਣ ਰਹੀ ਮੋਨੇ ਆਖਿਆ ਹਾਂ ਉਹ ਜਿਉਂਦੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ ਫਿਰ ਦੋਵੇਂ ਚੁੱਪ ਕਰ ਗਏ ਸੋਨਾ ਵੀ ਕਦੇ ਦੱਬੀ ਦਾ ਪਹੁੰਚ ਭਲਾ ਰਹੀ ਮੋਨੇ ਪੁੱਛਿਆ ਕਾ ਨੂੰ ਮਾਂ ਤੇ ਸੁਦੈਣ ਲੋਕੀ ਤੇ ਸਭ ਉਹ ਸੋਨਾ ਧਰਤੀ ਚੋਂ ਕੱਢਦੇ ਹੁੰਦੇ ਨੇ ਕਿੰਨੇ ਕੰਮ ਆਉਂਦਾ ਸੋਨੇ ਦੇ ਪੈਸੇ ਪੈਸਿਆਂ ਦੇ ਦਾਣੇ ਤੇ ਰੋਟੀਆਂ ਇਉਂ ਗਲੰਗ ਕਰਦੇ ਉਸੋਂ ਗਏ ਕਈ ਦਿਨ ਹੋਰ ਲੰਘ ਗਏ ਓੜਕ ਰਿੜਕ ਦੀ ਮਾਦਾਨਤ ਹੋ ਗਿਆ ਦੋ ਆਂ ਭਰਾਵਾਂ ਨੜਵਾ ਤਿਆਰ ਕੀਤਾ ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ ਉਹਨਾਂ ਆਪ ਹੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਿਆਂ ਕੀਤਾ ਦੋਵਾਂ ਕੰਨਾਂ 'ਚ ਦੋ ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ ਉਹਨਾਂ ਦੇ ਪਿਓ ਦੀ ਯਾਦਗਾਰ ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ ਕੋਈ ਦਿਲਬਰੀ ਲਈ ਉਹਨਾਂ ਕੋਲ ਨਾ ਬੈਠਾ ਨਾ ਹੀ ਪਿੰਡ 'ਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ ਰਾਤੀ ਦੋਵੇਂ ਭੁੱਖੇ ਭਾਣੇ ਮੰਝਿਆਂ ਤੇ ਚਪਚਾਪ ਜੇ ਪੈ ਗਏ ਕੁਚੇਰ ਮਗਰੋਂ ਕਰੀਮੀ ਕਰੀਮੂ ਦੇ ਮੂੰਹ ਨਿਕਲਿਆ ਚਲੋ ਜੀ ਅੱਜ ਤੁਰ ਗਈ ਮਾਂ ਵੀ ਤੇ ਹੁਣ ਉਹ ਕਿੱਥੇ ਜਾਏਗੀ ਰਹੀਮੂ ਰਹੀਮੂ ਨੇ ਵੀ ਚੁੱਪ ਧੋੜੀ ਬਹਿਸਤੀ ਮੁਰਕੀਆਂ ਵੀ ਨਾਲੀ ਮੁਰਕੀਆਂ ਰਹੀਮੂ ਕੋਈ ਉੱਤਰ ਨਾ ਦੇ ਸਕਿਆ ਉੜਕ ਦੋਹਾਂ ਨੂੰ ਨੀਂਦਰ ਆ ਗਈ ਪਰੂਆਂ ਦੁਆਲੇ ਘੁੰਮਣ ਵਾਲੇ ਸਤ ਰਿਸ਼ੀਆਂ ਦੀ ਖੇਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ ਕਿੰਨੇ ਹੀ ਤਾਰੇ ਆਕਾਸ਼ੋਂ ਬੁਝ ਚੁੱਕੇ ਸਨ ਜਦੋਂ ਰਹੀਮੂ ਕਸਮੇੜ ਜਿਆ ਖਾਂਦਾ ਜਾਗਿਆ ਰਾਤ ਐਡੀ ਡਰਾਉਣੀ ਸੀ ਜਿੱਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ ਉਸ ਸੱਜੇ ਜਿਹੇ ਭਰਾ ਨੂੰ ਜਗਾ ਕੇ ਆਖਿਆ ਭੁੱਖ ਲੱਗੀ ਉਹ ਰਹੀਮੂ ਬੋਲਿਆ ਘਰ ਚ ਤੇ ਕੁਝ ਨਹੀਂ ਰਹੀਮੂ ਬੋਲਿਆ ਫਿਰ ਕਿੰਨਾ ਚਿਰ ਦੋਵੇਂ ਗੁੰਮ ਜੇ ਪੈਰੇ ਪਰ ਰਹੀਮੂ ਨੇ ਮੁੜ ਆਖਿਆ ਖਰੋਟ ਭੰਨ ਕੇ ਖਾ ਲਵਾਂ ਖੇਡਾਂਗੇ ਕਾਦੇ ਨਾਲ ਮੂੜ ਇੱਕ ਹੂਕ ਜੀ ਛਾ ਗਈ ਤੇ ਫਿਰ ਫਿਰ ਇੱਕੋ ਵਾਰੀ ਕੋ ਫੁਰਨਾ ਜਿੱਕਰ ਦੋਵਾਂ ਨੂੰ ਫੁਰ ਪਿਆ ਹੁੰਦਾ ਹੈ ਬਿਨਾ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ ਮਲਕੜੇ ਜੇ ਇੱਕ ਨੇ ਕਹੀ ਚੁੱਕੀ ਦੂਜੇ ਨੇ ਕੰਧਾਲ ਤੇ ਸੱਜੇ ਸੱਜੇ ਦੋਵੇਂ ਬਾਹਰ ਨਿਕਲ ਗਏ ਰਾਤ ਮੌਤ ਜਿਡੀ ਖਾਮੋਸ਼ ਸੀ ਸੱਜਰੀ ਦੱਬੀ ਮਾਂ ਦੇ ਕਬਰ ਉਤੇ ਦੋ ਕਾਲੇ ਵਜੂਦ ਐਲਕਲੋਤੇ ਸਨ ਜਿਕਰ ਮ੍ਰਿਤੂ ਦੇ ਪਰਛਾਵੇਂ ਹੁੰਦੇ ਹਨ ਕਿੰਨਾ ਚਿਰ ਕੋਈ ਆਵਾਜ਼ ਉਥੇ ਪੈਦਾ ਨਾ ਹੋਈ ਕੁਛੇਰ ਮਗਰੋਂ ਕੁਝ ਸਾਹਾਂ ਸਾਹ ਹੋਈ ਕਰੀਮੂ ਮਾਰਵੀ ਟੱਕ ਸੱਜਰੀ ਰਹੀ ਮੂਹ ਮਸਾ ਨਿਕਲਿਆ ਤੂੰ ਵੀ ਤੇ ਕਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਉਂਦਿਆਂ ਗਿਆ ਉਹਨਾਂ ਦੀਆਂ ਹੀ ਕੰਠਾ ਠੱਕ ਠੱਕ ਵੱਜ ਰਹੀਆਂ ਸਨ ਕਹੀ ਤੇ ਕੰਧਾਲਾ ਜਿਵੇਂ ਉਹਨਾਂ ਤੋਂ ਚੁੱਕਾ ਹੀ ਨਹੀਂ ਸੀ ਜਾਂਦੇ ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ ਪਰ ਬਾਹਵਾਂ ਜਿੱਕਰ ਸੱਤਿਆਹੀਨ ਹੋ ਗਈਆਂ ਹੁੰਦੀਆਂ ਹਨ ਰਾਤ ਦੀ ਖਾਮੋਸ਼ੀ 'ਚ ਇੱਕ ਬੇਮਾਲੂਮੀ ਜੀ ਆਵਾਜ਼ ਉਹਨਾਂ ਦੇ ਕੰਨਾਂ 'ਚ ਗੂੰਜ ਉੱਠੀ ਜਿਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ ਕਬਰ ਵਿੱਚ ਮੇਰੇ ਨਾਲ ਦਬਾ ਦੇਣੀ ਆ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬੱਚਾ ਮਾਂ ਰਹਿਮੂ ਦੇ ਮੂੰਹੋਂ ਬੇਤਹਾਸ਼ਾ ਯੋ ਨਿਕਲੇ ਜਿੱਕਰੋ ਰੁਪਿਆ ਹੁੰਦਾ ਚੱਲ ਰਹੀ ਮੂੰ ਕਰੀਮੂ ਕੇਵਲ ਇੰਨਾ ਹੀ ਆਕ ਸਕਿਆ ਹਥਿਆਰ ਦੋਹਾਂ ਦੇ ਹੱਥੋਂ ਟਹਿ ਗਏ ਤਾਰਿਆਂ ਦੀ ਲੋਚੋਂ ਨ ਘਰ ਨੂੰ ਮੁੜੇ ਜਾਂਦਿਆਂ ਨਹੀਂ ਆੱਖਾਂ 'ਚ ਹੰਝੂ ਚਮਕ ਰਹੇ ਸਨ ਧੰਵਾਦ